ਇਹ ਦੁਸ਼ਮਣ ਮੇਰੇ ਪੁੱਤਰ ਮੇਰੇ ਨਿਕਲੇ ਅੰਤਰੇ ਪਿਓ ਨੂੰ ਮਾਰ ਛੱਡੇ ਮੈਨੂੰ ਮਾਰ ਛੱਡਣਾ ਸੀ ਇਹਨਾਂ ਸਕੇ ਬੇਟੇ ਨੇ ਮੈਂ ਰਾਤ ਨੂੰ ਜਾਗ ਜਾ ਕੇ ਇਹਨਾਂ ਨੂੰ ਪਾਲਿਆ ਸਾਂਭਿਆ ਗਿੱਲੀ ਜਗ੍ਹਾ ਤੇ ਸੁੱਕੀ ਜਗ੍ਹਾ ਤੇ ਕੀਤਾ ਦੁੱਧ ਪਿਆ ਮੈਂ ਉਦੋਂ ਦੁੱਧ ਪੀਤਾ ਹੁਣ ਮੇਰਾ ਖੂਨ ਚੂਸਿਆ ਨੇ ਮੇਰੀ ਬਦਦੁਆ ਇਹਨਾਂ ਨੂੰ ਇਨਸ਼ਾਅੱਲਾ ਜਿਹੜਾ ਜਿਹੜਾ ਨਾਲ ਰਲਿਆ ਉਹਦੀ ਉਹਨੂੰ ਵੀ ਬਦਦੁਆ ਮੇਰੀ ਇਨਸ਼ਾਅੱਲਾ ਮੇਰੀ ਲੱਗੇ ਦੀ ਬਦਦੁਆ ਮੈਨੂੰ ਰੋਇਆ ਜੇ ਪੁੱਤਰਾ ਤੁਹਾਡਾ ਬੇੜਾ ਗਰਕ ਹੋਵੇ ਤੁਹਾਡੇ ਐਕਸੀਡੈਂਟ ਹੋ ਜੇ ਮਰ ਗਏ ਦੂਜੇ ਨੇ ਮੈਨੂੰ ਗਾਲਾਂ ਕੱਢੀਆਂ ਭੈਣ ਨੂੰ ਗਾਲਾਂ ਕੱਢੀਆਂ ਮੈਨੂੰ ਆਂਦਾ ਮਾਂ ਸਾਡੀ ਬਦ ਚੱਲਣ ਸੀ ਮਾਂ ਤੇ ਕੋਠੇ ਦੀ ਡੰਡੀ ਵੇ ਤੇ ਕਦੀ ਨੀ ਪੁੱਤਰ ਔਲਾਦ ਆਉਂਦੀ ਸਾਡੀ ਮਾਂ ਡੰਡੀ ਹੈ ਮੈਨੂੰ ਆਂਦਾ ਸਾਡੀ ਮਾਂ ਜਿਹੜੀ ਬਦ ਚੱਲਣ ਸੀ ਮੈਨੂੰ ਆਪਣੇ 10 ਸਾਲ ਪਹਿਲਾਂ ਘਰ ਸੇ ਨਿਕਾਲ ਦਿੱਤਾ ਪੁੱਤਰਾਂ ਨੇ ਨੂੰਹਾਂ ਨੇ ਮਾਰ ਕੁੱਟ ਕੇ ਮੇਰੇ ਪੈਰ ਦੀ ਹੱਡੀ ਵੀ ਟੁੱਟੀ ਹੈ ਲਾਲਚੀ ਨੇ ਇਹ ਪੈਸੇ ਦੇ ਪੁੱਤਰ ਨੇ ਇਹ ਖੂਨ ਦੇ ਨਹੀਂ ਰਿਸ਼ਤੇ ਮਿਹਨਤ ਦਿਨ ਰਾਤ ਮਿਹਨਤ ਕੀਤੀ ਹੈ ਮੈਂ ਆਪਣਾ ਸਿਲਾਈ ਕਢਾਈ ਦਿਨ ਰਾਤ ਕੀਤੀ ਮਸ਼ੀਨ ਚਲਾਈ ਹੈ ਦਿਨ ਰਾਤ ਮਾਰ ਕੁੱਟ ਕੇ ਕੱਢਿਆ ਉਹਨੇ ਬਾਹਰ ਤੇ ਮੁੜ ਕੇ ਮੈਂ ਧੀ ਕੋਈ 10 ਸਾਲ ਰਹੀ ਹਾਂ ਬੇਟੀ ਕੋਲ ਅਸਲਾਮ ਅਲੈਕੁਮ ਨਾਜ਼ਰੀਨ ਉਰਦੂ 5 ਕੇ ਸਾਥ ਮੈਂ ਹੂੰ ਆਪਕੇ ਰਾਬਿਆ ਅਲੀ ਨਾਜ਼ਰੀਨ ਖੂਨ ਸਫੇਦ ਹੋਤੇ ਹੋਏ ਟਾਈਮ ਨਹੀਂ ਲਗਤਾ ਸਗੇ ਬੇਟੋ ਨੇ ਆਪਣੀ ਮਾਂ ਕੋ 10 ਸਾਲ ਹੋ ਗਏ ਘਰ ਸੇ ਬੇਘਰ ਕਰ ਦਿਆ ਹੈ ਔਰ ਯੇ ਮਾਂ ਜੋ ਹੈ ਆਪਣੀ ਬੇਟੀ ਕੇ ਘਰ ਰਹਿ ਰਹੀ ਹੈ ਔਰ ਮਾਂ ਜੀ ਕੇ ਨਾਮ ਜਿਤਨੇ ਵੀ ਘਰ ਤੇ ਵੋ ਸਾਰੇ ਜੋ ਘਰ ਹੈ ਵੋ ਬੇਟੋ ਨੇ ਜ਼ਬਰਦਸਤੀ ਆਪਣੇ ਨਾਮ ਕਰਵਾਨੇ ਕੀ ਕੋਸ਼ਿਸ਼ ਕੀ ਔਰ ਜੋ ਪੁਲਿਸ ਹੈ ਪੁਲਿਸ ਕਾ ਵੀ ਮਾਂ ਜੀ ਕੇ ਸਾਥ ਬਹੁਤ ਨਾਰਵਾ ਸਲੂਕ ਹੈ ਕਈ ਕਈ ਦਿਨੋਂ ਤੱਕ ਇਹ ਪੁਲਿਸ ਸਟੇਸ਼ਨ ਜਾਤੀ ਹੈ ਔਰ ਕਈ ਕਈ ਘੰਟੇ ਜੋ ਹੈ ਇਹਨੇ ਵਹਾਂ ਬਿਠਾਇਆ ਜਾਤਾ ਹੈ ਇੰਤਜ਼ਾਰ ਕਰਵਾਇਆ ਜਾਤਾ ਹੈ ਲੇਕਿਨ ਇਨਸਾਫ ਨਹੀਂ ਦਿਆ ਜਾਤਾ ਔਰ ਆਖਿਰਕਾਰ ਇਹਨਾਂ ਨੇ ਐਂਡ ਪਰ ਮੀਡੀਆ ਕਾ ਸਹਾਰਾ ਲਿਆ ਕਿ ਸ਼ਾਇਦ ਯਹਾਂ ਸੇ ਮੇਰੀ ਆਵਾਜ਼ ਜੋ ਹੈ ਜੋ ਹੁਕਮਰਾਨ ਹੈ ਜੋ ਆਲਾ ਅਹੁਦੋਂ ਪਰ ਹੈ ਜੋ ਮਰੀਮ ਨਵਾਜ਼ ਸਾਹਿਬਾ ਹੈ ਉਨ ਤੱਕ ਪਹੁੰਚੇ ਪੁਲਿਸ ਤੱਕ ਪਹੁੰਚੇ ਤਾਂ ਕਿ ਇਹਨੇ ਇਨਸਾਫ ਮਿਲ ਸਕੇ ਔਰ ਇਨਸੇ ਬਾਤ ਕਰਤੇ ਹੈ ਕਿ ਇਹ ਪੂਰਾ ਮਾਜਰਾ ਕਿਆ ਹੈ ਕਿਸ ਵਜ੍ਹਾ ਸੇ ਬੇਟੋ ਨੇ ਇਹਨੇ ਘਰ ਸੇ ਨਿਕਾਲਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਬੇਟਾ ਮੇਰਾ ਨਾਮ ਬੁਸ਼ਰਾ ਬੇਗਮ ਹੈ ਮੈਨੂੰ ਆਪਣੇ 10 ਸਾਲ ਪਹਿਲਾਂ ਘਰ ਸੇ ਨਿਕਾਲ ਦਿੱਤਾ ਪੁੱਤਰਾਂ ਨੇ ਨੂੰਹਾਂ ਨੇ ਮਾਰ ਕੁੱਟ ਕੇ ਮੇਰੇ ਪੈਰ ਦੀ ਹੱਡੀ ਵੀ ਟੁੱਟੀ ਹੈ ਕਿੰਨੇ ਮਕਾਨ ਸੀ ਤੁਹਾਡੇ 3 ਮਕਾਨ ਸਨ ਉਹ ਵੱਡੇ ਨੇ 529 ਵੇਚਿਆ ਛੋਟੇ ਨੇ 530 ਵੇਚਿਆ ਵੇਚ ਕੇ 8 ਮਹੀਨੇ ਹੋਏ ਨੇ ਛੋਟੇ ਨੇ 529 ਵੇਚਿਆ ਮੇਰੇ ਨਾਂ ਸੀ ਪਤਾ ਨਹੀਂ ਕੀ ਕੀਤਾ ਜਾਂ ਕੀ ਨਹੀਂ ਕਿਸ ਤਰ੍ਹਾਂ ਇਹਨੇ ਵੇਚ ਲਿਆ ਹੁਣ 3ਰਾ ਮਕਾਨ ਜਿਹੜਾ ਨਾ ਉਹਦੇ ਤੇ ਕਬਜ਼ਾ ਕੀਤਾ ਸੀ ਉਹ ਵੀ ਆਪਣਾ ਹੈਗਾ ਮਾਰਕੀਟ ਦੂਸਰਾ ਮਕਾਨ ਨੂੰ ਕਿਸ ਤਰ੍ਹਾਂ ਵੇਚ ਸਕਦਾ ਹੈ ਉਹ ਮੇਰੀ ਬੇਟੀ ਮਰ ਗਈ ਸੀ ਤੇ ਮੇਰਾ ਆਪਣਾ ਠੀਕ ਸੀ ਰੋਂਦੀ ਰਾਂਦੀ ਹਾਂ ਪਤਾ ਲੱਗਾ ਹੀ ਨਾ ਅਨਪੜ੍ਹ ਤੇ ਮੈਂ ਆ ਗਈ ਹਾਂ ਸਾਇੰਸ ਨੂੰ ਤਾਂ ਕਰ ਨਹੀਂ ਸਕਦੀ ਉਹ ਪਤਾ ਨਹੀਂ ਕਿਵੇਂ ਮੇਰੇ ਕੋਲ ਪੁੱਛੇ ਦਾ ਕੁਛ ਪਿਆ ਪਿਓ ਕਿ ਮੇਰੇ ਕੋਲ ਅੰਗੂਠੇ ਕਾਟੇ ਲਵਾ ਦਿਓ ਸਾਰਾ ਕਾਗਜ਼ ਚੋਰੀ ਉਹ ਕਰ ਲਏ ਨਾ ਹਾਂਜੀ ਚੰਗਾ ਕਾਗਜ਼ ਚੋਰੀ ਕਰ ਲਏ ਬੇਟਿਆਂ ਦਾ ਤੁਹਾਡੇ ਨਾਲ ਕੈਸਾ ਰਵੱਈਆ ਸੀ ਛੋਟੇ ਹੁੰਦੇ ਜਾਂ ਹੁਣ ਕੋਈ ਰਵੱਈਆ ਨਹੀਂ ਸਹੀ ਇਹਨਾਂ ਤੋਂ ਦੋਵੇਂ ਪੁੱਤਰ ਨਹੀਂ ਸਹੀ ਤੁਹਾਨੂੰ ਮਾਰਦੇ ਵਗੈਰਾ ਵੀ ਮਾਰ ਕੁੱਟ ਕੇ ਕੱਢੇ ਉਹਨੇ ਬਾਹਰ ਤੇ ਮੁੜ ਕੇ ਮੈਂ ਧੀ ਕੋਈ 10 ਸਾਲ ਰਹੀ ਹਾਂ ਨਾ ਬੇਟੀ ਕੋਲ ਕੀ ਕੀ ਤਸ਼ੱਦਦ ਕੀਤਾ ਬੱਚਿਆਂ ਨੇ ਮੇਰੇ ਆ ਪੈਰ ਆਵੇ ਨੂੰਹਾਂ ਨੇ ਆ ਪੈਰ ਦੀ ਹੱਡੀ ਤੋੜ ਛੱਡੀ ਔਰ ਹੱਡੀ ਤੋੜ ਛੱਡੀ ਮਾਰਿਆ ਕੁੱਟਿਆ ਮੇਰੇ ਇੰਨਾ ਬੜਾ ਉਹਦੇ ਨੇ ਆਪਣਾ ਰੋਂਦੀ ਰਾਂਦੀ ਰਹੀ ਆ ਨਾ ਮੇਰੇ ਖਾਮ ਨੂੰ ਮੈਨੂੰ ਮਿਲਣ ਦਿੱਤਾ ਨਾ ਅਸੀਂ ਜਾਂਦੇ ਰਹੇ ਉਹ ਉੱਥੇ ਵਾਹਗਾ ਬਾਰਡਰ ਲੈ ਗਏ ਉਹਦਾ ਨੂੰ 700 ਰਾ ਉਦੋਂ ਨਿਕਲੇ ਹੀ ਨੀ ਕਰੋ ਤਿੰਨਾ ਮਕਾਨਾਂ ਤੇ ਕਬਜ਼ਾ ਕੀਤਾ ਇਹਨਾਂ ਦੋਵਾਂ ਭਰਾਵਾਂ ਅੱਛਾ ਬੇਟੋ ਕੀ ਜੋ ਬੀਵੀਆਂ ਵੀ ਆਪਕੀ ਬਹੂ ਕਾ 10 ਸਾਲ ਵੱਡਾ 10 ਸਾਲ ਕਰਾਇਆ ਖਾਂਦਾ ਰਿਹਾ ਮੇਰੇ ਮਕਾਨ ਦਾ 40,000 ਮਹੀਨੇ ਦਾ 2 ਗੱਡੀਆਂ ਲਈ 1 ਗੱਡੀ ਵੇਚ ਲਈ ਕੋਲ ਮੁੜ ਸਕ ਸਾਡੀ ਕਮਾਈ ਸਾਡੀ ਮੀਆਂ ਬੀਵੀ ਦੀ ਕਮਾਈ ਅੱਛਾ ਪੁਲਿਸ ਕਾ ਕੀ ਰਵੱਈਆ ਆਪਕੇ ਪੁਲਿਸ ਦਾ ਰਵੱਈਆ ਇਹ ਸਾਡੇ ਨਾਲ ਬੇਟਾ ਕਿ ਅਸੀਂ ਸਵੇਰੇ ਜਾਂਦੀਆਂ ਮਾਵਾਂ ਤੀਆਂ ਤੇ ਸ਼ਾਮ ਨੂੰ ਆਉਂਦੀਆਂ
ਜਿਹਨੂੰ ਸਾਡੇ ਤੀਸਰੇ ਮਕਾਨ ਤੇ ਕਬਜ਼ਾ ਕੀਤਾ। ਉਦੋਂ ਮੈਂ ਜ਼ਬਰਦਸਤੀ ਗਈ ਹਾਂ ਥਾਣੇ, ਫਿਰ ਗ੍ਰੀਨ ਟੋਨ ਇੱਕ ਦਿੱਤੀ ਹੈ ਦਰਖਾਸਤ, ਇੱਕ ਟਾਊਨਸ਼ਿਪ ਦਿੱਤੀ ਹੈ, ਫਿਰ ਆਪਣਾ ਆਈ ਜੀ ਪੰਜਾਬ ਜਿਹੜਾ ਉੱਥੇ ਵੀ ਦਿੱਤੀ ਹੈ ਦਰਖਾਸਤਾਂ, ਫਿਰ ਸੀ ਪੀ ਓ ਜਿਹੜਾ ਉੱਥੇ ਵੀ ਦਰਖਾਸਤਾਂ ਦਿੱਤੀ। ਪੁਲਿਸ ਵਾਲੇ ਕੀ ਕਹਿੰਦੇ ਨੇ? ਉਹਨਾਂ ਦੀਆਂ ਫੋਨ ਆਉਂਦੇ ਸਨ ਉਹਨਾਂ ਦੇ, ਤੇ ਉਹ ਜੀ ਆਖਣਾ ਜੀ ਹਾਂ ਅਸੀਂ ਅੱਜ ਕਰ ਰਹੇ ਹਾਂ, ਇਨਕੁਆਰੀ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਉਹ ਫਿਰ ਜਿਹੜਾ ਟਾਊਨਸ਼ਿਪ ਵਾਲਾ ਉਹਨੂੰ ਬੁਲਾਇਆ, ਟਾਊਨਸ਼ਿਪ ਦਰਖਾਸਤ ਦਿੱਤੀ ਸੀ, ਇਹ ਗ੍ਰੀਨ ਟੋਨ ਵਾਲਿਆਂ ਨੇ ਸਾਨੂੰ ਟਾਊਨਸ਼ਿਪ ਕਰ ਦਿੱਤਾ ਮਾਂ ਬੇਟੀ। ਅੱਛੀ ਬੱਚੀ ਬਤਾਏ ਕਿ ਐਸੀ ਔਲਾਦ ਕੇ ਬਾਰੇ ਮੇਂ ਆਪ ਕਿਆ ਕਹੇਂਗੀ, ਆਪਨੇ ਇਸ ਦਿਨ ਕੇ ਲੀਏ ਇਨ ਬੱਚੋਂ ਕੋ ਪੈਦਾ ਕੀਆ ਥਾ? ਸਿਰ ਇਹ ਵੀ ਮੇਰੇ ਦੁਸ਼ਮਣ ਬਣਨ, ਮੇਰੇ ਆਪਣਾ ਮੈਨੂੰ ਆਪਣਾ ਨਾ ਖਰਚਾ ਦਿੱਤਾ ਨਾ ਕਮਾ ਕੇ ਦਿੱਤਾ, ਸਾਡੇ ਮੀਆਂ ਬੀਵੀ ਦੀ ਕਮਾਈ ਆ ਡਾੜ ਸੜੀ ਇਹਨਾਂ ਪੁੱਤਰਿਆਂ ਲੋਕਾਂ ਦੇ ਮਗਰ ਲੱਗ ਕੇ, ਤੇ ਕੁਝ ਆਪ ਨਲਾਇਕ ਨਾ ਕਮਾਈ ਕਰਦੇ ਨਾ ਲੈਣਾ ਨਾ ਦੇਣਾ। 529 ਮਕਾਨ ਮੇਰੇ ਨਾਂ ਸੀ, ਉਹ ਵੀ ਧੋਖੇ ਨਾਲ ਵੇਚ ਲਿਆ। ਹੁਣ ਮੇਰਾ ਇੱਕ ਮਕਾਨ ਸੀ, ਉਹਦੇ ਤੇ ਕਬਜ਼ਾ ਦੋਵਾਂ ਭਰਾਵਾਂ ਨੇ ਕੀਤਾ, ਸਾਡਾ ਪਿਓ ਮਰ ਗਿਆ ਤੇ ਹੁਣ ਅਸੀਂ ਹੱਕਦਾਰ ਇਹ ਵਾਰਸ ਨੇ, ਹਕੂਮਤ ਮੈਂ ਨਹੀਂ ਆ, ਵਾਰਸ ਜਿਹੜੇ ਖਤਮ ਕਰ ਦੇਵੇ, ਆਈ ਜੀ ਪੰਜਾਬ ਵੀ ਖਤਮ ਕਰ ਦੇਵੇ ਤੇ ਆਪਣਾ ਸੀ ਪੀ ਓ ਜੀ ਵੀ ਖਤਮ ਕਰ ਦੇ, ਆਪਣਾ ਡੀਪੂ ਵੀ ਖਤਮ ਕਰ ਦੇ, ਇਹ ਮਰੀਆਂ ਨੂੰ ਆਜ ਵੀ ਖਤਮ ਕਰ ਦੇ ਵਾਰਸਾਂ ਦਾ। ਪਹਿਲੇ ਤੁਸੀਂ ਕਿਸ ਤਰ੍ਹਾਂ ਦੀ ਲਾਈਫ ਗੁਜ਼ਾਰਦੇ ਸੀ ਤੇ ਹੁਣ ਕਿਸ ਤਰ੍ਹਾਂ ਦੀ ਲਾਈਫ? ਸਕੂਨ ਨਾਲ ਸਾਂ, ਜੇ ਛੋਟੇ ਛੋਟੇ ਬੱਚੇ ਸਾਂ ਬੜੇ ਸਕੂਨ ਨਾਲ ਸਾਂ, ਮਿਹਨਤ ਦਿਨ ਰਾਤ ਮਿਹਨਤ ਕੀਤੀ ਹੈ, ਮੈਂ ਆਪਣਾ ਸਿਲਾਈ ਕਢਾਈ ਦਿਨ ਰਾਤ ਕੀਤੀ, ਮਸ਼ੀਨ ਚਲਾਈ ਹੈ ਦਿਨ ਰਾਤ ਕਢਾਈ ਕੀਤੀ, ਦੋ ਇੱਕ ਮਕਾਨ 200 ਰੁਪਈਆ ਦੇ ਕੇ ਅਸੀਂ ਨਾਫਰਮਾਨ ਔਲਾਦ ਵਾਸਤੇ ਦੋ ਮਕਾਨ ਜਿਹੜੇ ਇੱਕ 60,000 ਦਾ ਲਿਆ, ਇੱਕ 5 ਲੱਖ ਦਾ ਲਿਆ, ਅੱਜ ਪੁੱਤਰ ਜਿਹੜੇ ਦੁਸ਼ਮਣ ਬਣੇ ਨੇ ਮੇਰੀ ਧੀ ਨੂੰ ਤੇ ਮੈਨੂੰ ਮਾਰਨ ਪਏ, ਨਾ ਮੇਰੀ ਧੀ ਨੂੰ ਜਵਾਈ ਨੂੰ ਲਾਲਚ, ਨਾ ਮੇਰੀ ਧੀ ਨੂੰ ਲਾਲਚ, ਮੈਨੂੰ ਕਹਿੰਦਾ ਤੂੰ ਲਾਲਚੀ ਹੈ। ਅੰਤਰਿਆਂ ਨੇ ਮੇਰੇ ਮਕਾਨ ਤੇ ਕਬਜ਼ਾ ਕਰਕੇ ਉਹਨਾਂ ਦਾ ਹੱਕ ਬਣਦਾ ਹੀ, ਇੱਕ ਛੋਟੇ ਨੇ ਮਕਾਨ ਵੇਚਿਆ, ਇੱਕ ਵੱਡੇ ਨੇ ਵੇਚਿਆ, ਛੋਟੇ ਨਾ ਵੱਡੇ ਨੂੰ ਹੁਣ ਵੇਚਿਆ 2 ਕਰੋੜ ਦਾ, 2 ਕਰੋੜ ਦੇ ਉੱਤੇ ਵੇਚਿਆ, 8 ਮਹੀਨੇ ਹੋਏ ਨੇ, ਮੈਨੂੰ ਦੱਸਿਆ ਕੋਈ ਨੀ, ਮੈਨੂੰ ਪਤਾ ਹੀ ਕੋਈ ਨੀ, ਮੈਨੂੰ ਕੁਆ ਕੇ ਨੀ ਰਾਜ਼ੀ। ਉਹਦੇ ਚ ਭੈਣਾਂ ਨੂੰ ਹਿੱਸਾ ਦਿੱਤਾ? ਨਾ ਕਿਸੇ ਨੂੰ ਨਹੀਂ ਸੂ ਦਿੱਤਾ, ਇਹਨਾਂ ਹਿੱਸਾ ਨਹੀਂ ਦਿੱਤਾ, ਨਾ ਛੋਟੇ ਨੇ ਦਿੱਤਾ, ਘਰੋਂ ਸਮਾਨ ਵੀ ਸਾਰਾ ਲੈ ਕੇ, ਅਸੀਂ ਹਰ ਚੀਜ਼ ਦੁਨੀਆ ਦੀ। ਉਹਨਾਂ ਦੀ ਬੀਵੀਆਂ ਜਿਹੜੀਆਂ, ਬੀਵੀਆਂ ਦਾ ਰਵੱਈਆ ਕਿਸ ਤਰ੍ਹਾਂ, ਬੀਵੀਆਂ ਨੇ ਉਹਨਾਂ ਸਮਝਾਇਆ ਨੀ? ਬੀਵੀਆਂ ਜਿਹੜੀਆਂ ਨਾ ਲਾਲਚੀ ਤੇ ਖਸਮ ਤੋਂ ਵੱਧ, ਕਦੀ ਸਾਡੇ ਤੇ ਕੁਛ ਪਾ ਦਿੰਦੇ ਨੇ, ਕਦੀ ਕੁਛ ਪਾ ਦਿੰਦੇ ਝੂਠੇ ਹੀ, ਤੇ ਕਮਾ ਕੇ ਤੇ ਮੈਨੂੰ ਦਿੱਤਾ ਨੇ, ਤੇ ਮੈਂ ਤੁਹਾਡੇ ਬੁੜੀਆਂ ਦਾ ਕਾਹਦਾ ਦੇਖ ਲਿਆਈ, ਕੁਛ ਲੈਈ ਤੇ ਪੁੱਤਰ ਇਹ ਆਪਣਾ ਨਾ ਸਿਰ ਤੋਂ ਲੱਗ ਕੇ ਸ਼ਾਮਾਂ ਤੱਕ ਅਸੀਂ ਥਾਣੇ ਬੈਠੇ ਰਹੇ, ਸਾਡੀ ਕਿਸੇ ਨੇ ਫਰਿਆਦ ਨਹੀਂ। ਐਸੀ ਔਲਾਦ ਤੋਂ ਮਾਫ ਕਰੋਗੇ? ਮਾਫ ਕਦੀ ਨਾ ਕਰਾਂ, ਨਾ ਮੈਂ ਦੁੱਧ ਮਾਫ ਕਰਾਂ ਜੀ, ਇਹਨਾਂ ਨੂੰ ਕੜੀ ਦੱਸਣ, ਕੜੀ ਤੇ ਕੜੀ ਮਰੀਆਂ ਨੂੰ ਆਹ, ਕੜੀ ਤੇ ਕੜੀ ਨਵਾਜ਼ ਸ਼ਰੀਫ, ਮਰੀਆਂ ਨੂੰ ਆਹ, ਡੀ ਪੀ ਓ, ਆਈ ਜੀ ਪੰਜਾਬ, ਆਪਣਾ ਸੀ ਪੀ ਓ, ਇਹ ਕੜੀ ਤੇ ਕੜੀ ਸਮਝਾ ਇਹਨਾਂ ਨੂੰ ਦੇਣ, ਜਿਹੜੀ ਹੋਰ ਮਾਵਾਂ ਨੂੰ ਜ਼ਲੀਲ ਕਰਦੇ ਨੇ ਮਾਂ ਪਿਓ ਨੂੰ, ਉਹ ਅੱਗੋਂ ਕਰਨ ਨਾ ਦੇ। ਪੁੱਤਰ ਤੇ ਮਾਂ ਦੇ ਵਾਸਤੇ ਬੜਾ, ਪੁੱਤਰ ਨੇ ਇਹ ਦੁਸ਼ਮਣ ਮੇਰੇ, ਪੁੱਤਰ ਮੇਰੇ ਨਿਕਲੇ ਉਤਰੇ, ਟਾਊਨਸ਼ਿਪ ਵਾਲੇ ਜਿਹੜਾ ਹੈਗਾ ਉਹਨੇ ਵੀ ਆਪਣਾ ਕਾਗਜ਼ ਵੇਖੋ, ਉਹਨੇ ਕਿਹਾ ਮਾਂ ਤੋਂ ਭੈਣ ਤੋਂ ਵਾਰ ਕੇ ਕਾਗਜ਼ ਸੁੱਟ ਦੇ, ਆ ਗਈ ਸਮਝ, ਤੇ ਉਹਨੂੰ ਅੱਗ ਲਾ ਕੇ ਸਾੜਨ ਲੱਗੇ, ਆਪਣਾ ਅੱਗ ਲਾਤੀ, ਆਪਣਾ ਘਰ ਚ ਨੇ ਛੋਟੇ ਨੇ ਵੱਡੇ ਨੇ ਨਾ, ਮਿੱਟੀ ਦਾ ਤੇਲ ਸੁੱਟ ਕੇ ਕਮਰੇ ਚ ਆਪਣੇ ਉੱਤੇ ਵੀ ਕੱਪੜਿਆਂ ਤੇ ਸੁੱਟ ਲਿਆ, ਤੇ ਮੁੜ ਕੇ ਅੱਗ ਲਾ ਕੇ ਨਾ ਮਿੱਟੀ ਦਾ ਤੇਲ ਨੂੰ ਤੇ ਦੀਵਾਰ ਵਿੱਚੋਂ ਤੋੜ ਕੇ ਤੇ ਨਾਲ ਦੇ ਕਮਰੇ ਸੁੱਟੇ ਉਸ, ਤੇ ਪਿਓ ਤਾਲਾ ਲਾ ਕੇ ਅੰਦਰ ਵੜ ਗਏ, ਫਿਰ ਮੈਂ ਹੀ ਪਤਾ ਵੇਖਿਆ, ਤੇ ਮੈਂ ਕਿਹਾ ਤੂੰ ਇਹ ਕੀ ਕੀਤਾ, ਤੂੰ ਜ਼ੁਲਮ ਕੀਤਾ, ਮਾਂ ਨੂੰ ਤਾਂ ਮਾਰ ਕੁੱਟ ਕੇ ਕਰ ਦਿੱਤਾ, ਇਹ ਤੂੰ ਕੀ ਕੀਤਾ ਪਿਓ? ਤੁਸੀਂ ਬਿਮਾਰ ਸੀ, ਤੁਹਾਡਾ ਆਪਰੇਸ਼ਨ ਹੋਇਆ, ਬੱਚੇ ਬੇਟੇ ਆਏ, ਬੇਟਾ ਚ ਥੋੜੀ ਜੀ ਮੁਹੱਬਤ ਨਹੀਂ ਆਈ ਮਾਂ ਦੀ? ਨਾ ਨਾ ਕੋਈ ਮੁਹੱਬਤ ਨਹੀਂ, ਲਾਲਚੀ ਨੇ ਮੇਰਾ ਆਪਣਾ ਤੈਨੂੰ ਦੱਸਿਆ, ਇੰਨੇ ਲਾਲਚੀ ਨੇ ਨਾ, ਇਹ ਛੋਟਾ ਵੱਡਾ ਜਿਹੜਾ ਉਹਨੇ ਵੀ ਪੈਸੇ ਲੈਂਦਾ ਲੈ ਲੈਂਦਾ ਰਿਹਾ, 20,000 ਛੋਟਾ ਵੀ ਲੈ ਲੈਂਦਾ ਰਿਹਾ, ਪਰ ਮੈਨੂੰ ਨਹੀਂ ਦਿੱਤਾ,
ਮੇਰੇ ਕੋਲ ਪੈਸੇ ਨੇ ਵੱਡਾ ਲਾਲਚਨ, ਮੈਂ ਨੌਕਰੀ ਕਰਨੀ ਆ, ਮੈਂ ਨੌਕਰੀ ਕਰਨੀ, ਮੈਨੂੰ ਦੇ ਦੇ ਪੈਸੇ 2 ਲੱਖ, ਇਹਨੇ 3 ਲੱਖ ਰੁਪਇਆ ਲਿਆ ਮੇਰੇ ਕੋਲ, ਅੱਜ ਤੱਕ ਮੈਨੂੰ 10 ਰੁਪਇਆ ਨਹੀਂ ਦਿੱਤੇ। ਤੁਸੀਂ ਇਹ ਦੋਨਾਂ ਬੇਟਿਆਂ ਲਈ ਕੀ ਕੀਤਾ, ਕਿਹੜੀ ਮਿਹਨਤ ਕੀਤੀ? ਬੜੀ ਮਿਹਨਤ ਕੀਤੀ, ਇਹਨਾਂ ਨੂੰ ਪਾਲਿਆ ਲਿਖਾਇਆ, ਇਹਨਾਂ ਨੂੰ ਮਸੀਤੇ ਕੱਢਿਆ, ਆਪਣਾ ਸਾਰਾ ਕੁਝ। 7ਵੀਂ ਚ ਪੜ੍ਹਦਾ ਸੀ ਤਾਂ ਆਂਦਾ ਮੈਂ ਮਕਾਨ ਲਿਆ ਸੀ ਮੁੱਲ, ਅੱਜ ਇਹਦੇ ਤੇ ਕਬਜ਼ਾ ਕੀਤਾ, ਮੈਂ ਮਾਲਕ। ਇਹ ਤਾਂ ਹਾਲ ਹੈ ਸਾਡੀ ਹਕੂਮਤ ਦਾ ਤੇ ਆਪਣਾ ਪੁਲਿਸ ਵਾਲਿਆਂ ਦਾ। ਤੁਹਾਨੂੰ ਲੱਗਦਾ ਕਿ ਇਸ ਪਾਕਿਸਤਾਨ ਚ ਤੁਹਾਨੂੰ ਇਨਸਾਫ ਮਿਲ ਸਕਦਾ? ਮੈਨੂੰ ਤਾਂ ਉਮੀਦ ਨਹੀਂ। ਕਿੰਨੀ ਉਮਰ ਹੋ ਗਈ ਤੁਹਾਡੀ? 70 ਸਾਲ ਚ ਮੇਰਾ ਬੰਦਾ ਮਰਿਆ। ਅੱਛਾ। ਮੇਰੀ 65 ਸਾਲ ਉਮਰ ਸਾਬ ਕਰ, 65 ਸਾਲ। ਕਿੰਨੇ ਸਾਲ ਹੋ ਗਏ ਇੰਜ ਧੱਕੇ ਖਾ ਰਹੇ ਹੋ? ਇਹ ਧੱਕੇ ਖਾ ਰਹੇ ਆ 6 ਮਹੀਨੇ ਹੋ ਗਏ ਨੇ, 2 ਮਹੀਨੇ ਹੋਏ ਨੇ ਧੱਕੇ ਖਾਂਦੇ ਆ, 2 ਮਹੀਨੇ ਹੋਏ ਨੇ ਧੱਕੇ ਖਾਂਦੇ ਆ ਪਏ। ਤੇ ਮੈਂ ਜੇ ਤੁਹਾਨੂੰ ਮਕਾਨ ਮਿਲ ਗਿਆ, ਉਸ ਮਕਾਨ ਦਾ ਕੀ ਕਰੋਗੇ? ਉਸ ਮਕਾਨ ਮਿਲ ਗਿਆ ਤੇ ਮਕਾਨ ਮੈਂ ਆਪਣਾ ਪੁੱਤਰ ਜਾ ਕੇ ਉਮਰਾ ਕਰਕੇ ਆਵਾਂਗੀ। ਅਭੀ ਪੁੱਤਰ ਵੇਚ ਦੋਗੇ? ਆਹੋ, ਵੇਚ ਜਾਂਦੇ। ਉਮਰਾ ਕੀਤਾ, ਅੱਗੇ ਵੀ ਉਮਰਾ, ਉਮਰੇ ਮੇਰੇ ਬੰਦੇ ਨੇ ਕਰਾਏ ਨੇ, ਹੱਜ ਵੀ ਕੀਤਾ, ਅਸੀਂ ਮੀਆਂ ਬੀਵੀ ਨੇ। ਸਹੀ। ਇਸ ਹਾਲਾਤ ਕੋਈ ਉਮੀਦ ਨਹੀਂ। ਕੀ ਅੱਜ ਮੇਰਾ ਪੁੱਤਰ ਮਰ ਗਿਆ ਨਾ, ਜਿਹੜਾ ਪੈਗਾਮ ਦੋਗੇ ਉਹਨੇ ਕਰਾਇਆ? ਐਸੀ ਔਲਾਦ ਵਾਸਤੇ ਕੀ ਪੈਗਾਮ ਦੋਗੇ? ਮਾਂ-ਬਾਪ ਜਿਹੜੇ ਹੁੰਦੇ ਨਾ ਜ਼ਿਆਦਾ ਖੁਸ਼ ਹੁੰਦੇ ਜਦੋਂ ਬੇਟੇ ਹੁੰਦੇ ਨੇ ਕਿ ਬੇਟੇ ਸਾਡਾ ਸਹਾਰਾ ਬਣਨਗੇ, ਲੇਕਿਨ ਐਸੀ ਔਲਾਦ ਨੂੰ ਕੀ ਕਹੋਗੇ? ਮੇਰੀ ਔਲਾਦ, ਮੇਰਾ ਭਰਾ ਕੋ ਨਹੀਂ ਸੀ ਤੇ ਮੈਂ ਸਾਂ ਮੇਰੇ ਪੁੱਤਰ ਨੇ, ਮੇਰਾ ਬੰਦਾ ਜਿਹੜੇ ਧੀਆਂ ਨਾਲ ਪਿਆਰ ਕਰਦਾ ਸੀ, ਤੇ ਮੈਂ ਸਾਂ ਮੇਰੇ ਪੁੱਤਰ ਨੇ, ਮੇਰੇ ਭਰਾ ਨੇ। ਉਹਨੇ ਕਿਹਾ ਵੇਖ ਲੈ ਤੇਰੇ ਕੱਲ ਨੂੰ ਪੁੱਤਰ ਕੀ ਕਰਾਂਗੇ, ਇਹ ਸਾਫ ਕਰ ਲੈ। ਤੇ ਮੇਰਾ ਜਵਾਈ ਨਹੀਂ ਹੈ ਪੁੱਤਰ, ਇਹ ਮੇਰੇ ਨਾਲ ਇੰਨਾ ਕਰਦੇ ਨੇ। ਮੇਰੇ 10,000 ਦੀ ਮੇਰੀ ਪੁੱਤਰ ਦਵਾਈਆਂ ਆਉਂਦੀਆਂ ਨੇ ਜਿਹੜੀਆਂ ਆਪਣਾ ਹਰ ਮਹੀਨੇ, ਫਿਰ ਮੇਰਾ ਖਾਣ ਪੀਣ ਦਾ ਖਿਆਲ, ਮੇਰੇ ਲਈ ਹਰ ਚੀਜ਼ ਫਰੂਟ ਲਿਆਉਂਦੇ ਤੇ ਆਪਣਾ ਆਪ ਖਾਣ ਨਾ ਖਾਣ, ਬੱਚੇ ਨਾ ਖਾਣ, ਮੇਰੇ ਵਾਸਤੇ ਫਰੂਟ ਆਉਂਦਾ। ਗਰਮੀਆਂ ਜਿੱਦਾਂ ਦੀ, ਮੇਰੇ ਵਾਸਤੇ ਦਹੀਂ ਦੀ ਲੱਸੀ ਬਣਦੀ। ਮੇਰੀ ਕਿਸਮਤ ਬੜੀ ਕਰਦੇ ਨੇ, ਬੜੀ ਇਹਨਾਂ ਦੀ ਮਿਹਰਬਾਨੀ, ਮੈਂ ਧੱਕੇ ਖਾਂਦੀ ਹਾਂ। ਮੇਰੇ ਇਹਨਾਂ ਪੁੱਤਰਾਂ ਮੈਨੂੰ ਤੇਰੀ ਮਾਂ ਨੇ ਵਿਖਾਏ ਨੇ ਕਾਗਜ਼ ਵੀ ਉਹ ਆਪਣਾ ਮਕਾਨ ਵੇਚ ਕੇ, ਤੂੰ ਵੀ ਵੇਚ ਕੇ ਖਾ ਲਿਆ, ਉਹਨੇ ਵੇਚ ਕੇ ਖਾ ਲਿਆ, ਤੇ ਨਾ ਜ਼ੁਲਮ ਕਰ, ਤੂੰ ਮੰਨ ਜਾ। ਯਾਦ ਨੀ ਆਏ ਕਿ ਪਤਾ, ਹੁਣ ਤਾਂ ਨਫ਼ਰਤ ਹੋ ਗਈ। ਸਾਂਭਿਆ ਗਿੱਲੀ ਜਗ੍ਹਾ, ਸੁੱਕੀ ਜਗ੍ਹਾ ਤੇ ਕੀਤਾ, ਦੁੱਧ ਪਿਆ, ਉਹਦਾ ਦੁੱਧ ਪੀਤਾ, ਹੁਣ ਮੇਰਾ ਖੂਨ ਚੂਸਿਆ ਨੇ, ਮੇਰੀ ਬਦਦੁਆ ਇਹਨਾਂ ਨੂੰ। ਇਨਸ਼ਾਅੱਲਾ ਜਿਹੜਾ ਜਿਹੜਾ ਨਾਲ ਰਲਿਆ ਉਹਦੀ, ਉਹਨੂੰ ਵੀ ਬਦਦੁਆ ਮੇਰੀ, ਇਨਸ਼ਾਅੱਲਾ ਮੇਰੀ ਲੱਗੇ ਦੀ ਬਦਦੁਆ। ਮੈਨੂੰ ਰੋਇਆ, ਜੇ ਪੁੱਤਰਾ ਤੁਹਾਡਾ ਬੇੜਾ ਗਰਕ ਹੋਵੇ, ਤੁਹਾਡੇ ਐਕਸੀਡੈਂਟ ਹੋ ਜੇ, ਮਰ ਕੇ ਦੂਜੇ ਨੇ ਦੋਵਾਂ ਭਰਾਵਾਂ ਦਾ ਰਲ ਕੇ ਮੈਨੂੰ ਤੇ ਕੇਸ ਕੀਤਾ, ਕਬਜ਼ਾ ਕੀਤਾ, 2 ਮਹੀਨੇ ਹੋਏ ਸਾ, ਤੈਨੂੰ ਸਾਨੂੰ ਪਤਾ ਹੀ ਕੌਣ ਨੀ, ਹੈਂ, ਸਾਨੂੰ ਪਤਾ ਹੀ ਕੌਣ ਨੀ ਹੈਗਾ। ਤੇ ਬਾਂਹ ਟੁੱਟ ਗਈ ਉਸ, ਇੱਥੋਂ ਵੀ ਝਕਾੜੋ, ਇੱਥੋਂ ਬਾਂਹ ਟੁੱਟ ਗਈ। ਮੇਰਾ ਛੋਟਾ ਮੁੰਡਾ ਜਿਹੜਾ, ਉਹਦੇ ਪੁੱਤਰ ਜਿਹੜਾ ਵੱਡਾ, ਉਹ ਤਾਂ ਸਿਰ ਪਾੜ ਗਿਆ, ਮਸਾਂ ਹੀ ਅੱਖ ਬਚੀਆ, ਨੱਕ ਵੀ ਸਾਰਾ ਹਸਪਤਾਲ ਲਿਆ ਕੇ, ਮੇਰੀ ਹਾ ਪੈਣ ਡਈ। ਕੁਛ ਸੋਚੇ ਭਾਵੇਂ ਨਾ ਸੋਚੇ, ਇਨਸ਼ਾਅੱਲਾ ਇਹ ਵੀ ਮਰਨ ਦੇ। ਨਾਜ਼ਰੀਨ, ਇੱਕ ਮਾਂ ਜੋ ਹੈ, ਮਾਂ ਕਭੀ ਵੀ ਆਪਣੇ ਬੱਚੇ ਕੋ ਬਦਦੁਆ ਨਹੀਂ ਦੇਤੇ, ਲੇਕਿਨ ਜਬ ਬੱਚੇ ਨਾਕ ਮੇ ਦਮ ਕਰ ਦੇਤੇ ਹੈ, ਇੱਕ ਬੁੜੀ ਮਾਂ 60 ਸਾਲ ਕੀ ਹੈ, ਤੇਰੀ ਮੈਂ ਗੱਲ ਤੋਂ ਥਾਣੇ ਦੇ ਵਿੱਚ ਬਹਿ ਕੇ ਨਾ ਮੈਨੂੰ ਗਾਲਾਂ ਕੱਢੀਆਂ, ਭੈਣ ਨੂੰ ਗਾਲਾਂ ਕੱਢੀਆਂ, ਮੈਨੂੰ ਆਂਦਾ ਮਾਂ ਸਾਡੀ ਬਦ ਚੱਲਣ ਸੀ,
ਮਾਂ ਤੇ ਕੋਠੇ ਦੀ ਡੰਡੀ ਵੇ ਤੇ ਕਦੀ ਨੀ ਪੁੱਤਰ ਔਲਾਦ ਆਉਂਦੀ, ਸਾਡੀ ਮਾਂ ਡੰਡੀ ਹੈ। ਮੈਨੂੰ ਆਂਦਾ ਸਾਡੀ ਮਾਂ ਜਿਹੜੀ ਪਰ ਚੱਲਣ ਸੀ ਤੇ ਪਿਓ ਨੇ ਤਲਾਕ ਦਿੱਤੀ, ਮੈਂ ਲਿਆ ਤਲਾਕ, ਫਿਰ ਤਲਾਕ ਤੇਰੇ ਫਰਾ ਮੇਰੀ ਤਲਾਕ, ਇਹੋ ਜਿਹੇ ਪੁੱਤਰਾਂ ਨੂੰ ਮੈਂ ਮਾਫ ਕਰਾਂ। ਮੇਰਾ ਤਸੀਨਾ ਚੜੇ ਬਾਂਦਰੀ ਦੇ ਪੈਰ ਸੜੇ ਨੇ, ਬੱਚੇ ਪੈਰਾਂ ਥੱਲੇ ਲੜੇ, ਇਹ ਪੁੱਤਰ ਨੀ ਕਾਫਰ ਨੇ, ਲਾਲਚੀ ਨੇ, ਇਹ ਪੈਸੇ ਦੇ ਪੁੱਤਰ ਨੇ, ਇਹ ਖੂਨ ਦੇ ਨਹੀਂ ਰਿਸ਼ਤੇ। ਮੇਰਾ ਤਾਂ ਖੂਨ ਹੀ ਨੀ ਮੈਚ ਹੁੰਦਾ ਕਿਸੇ ਨਾਲ, ਮੈਂ ਬਲੱਡ ਦੇ ਜਿਹਨਾਂ ਹੈਗੀ ਸੱਸ ਪਤਾ ਦਾਖਲ ਕਿਸੇ ਨੇ ਪੁੱਛਿਆ ਤੱਕ ਨੀ, ਕਿਸੇ ਗੈਰ ਮੁੰਡਾ ਤੁਹਾਡੇ ਵਾਂਗੂ ਸੀ ਪੁੱਤਰ, ਉਹਨੇ ਆ ਕੇ ਮੇਰੇ ਜਵਾਈ ਦਾ ਦੋਸਤ ਦਾ ਪੁੱਤਰ ਸੀ, ਉਹਨੇ ਆ ਕੇ ਮੈਨੂੰ ਖੂਨ ਦਿੱਤਾ, ਉਹਦੀ ਮਾਂ ਮਰ ਗਈ। ਕਹਿੰਦਾ ਤੂੰ ਮੇਰੀ ਮਾਂ, ਮਾਂ ਕਿੰਨੀਆਂ ਪੋਤਲਾਂ ਤੈਨੂੰ ਮੈਂ ਦਿਆਂ, ਹੋਰ ਗੈਰ ਮੁਹੱਬਤ ਕਹਿ ਰਹੇ ਆਪਣੇ, ਦੋ ਪੋਤਲਾਂ ਖੂਨ ਦੀਆਂ ਟੀਵੀ ਦੇ ਉੱਤੇ ਦਿੱਤਾ, ਮੋਬਾਈਲ ਦੇ ਉੱਤੇ ਦਿੱਤਾ, ਸਾਰੇ ਦਿੱਤਾ, ਜਿਹੜਾ ਗਰੁੱਪ ਆ ਮਿਲਦਾ ਸਾਡੀ ਮਾਂ ਨਾਲ। ਮੈਂ ਵੀ ਸ਼ੁਰੂ ਅਗਰ ਇਹ ਨਾਫਰਮਾਨ ਬੇਟੇ ਇਹ ਵੀਡੀਓ ਦੇਖ ਰਹੇ ਹੈ ਤੂੰ ਆਪਣੀ ਮਾਂ ਕੀ ਹਾਲਤ ਦੇਖੇ ਕਿ ਉਹ ਕਿਤਨੇ ਸਦਮੇ ਮੇਂ ਔਰ ਕਿਤਨੇ ਦੁੱਖ ਮੇਂ ਹੈ। ਮੇਰਾ ਮਕਾਨ ਔਰ ਜੋ ਪਾਕਿਸਤਾਨ ਕੀ ਹਕੂਮਤ ਹੈ ਜੋ ਇਨਸਾਫ ਕੇ ਤਕਾਜ਼ੇ ਹੈ ਵੋ ਪਹਿਲੇ ਹੀ ਵੋ ਨਾ ਹੋਣੇ ਕੇ ਬਰਾਬਰ ਹੈ, ਤੋ ਆਪ ਸਭ ਸੇ ਯਹੀ ਗੁਜ਼ਾਰਿਸ਼ ਹੈ ਕਿ ਇਸ ਮਾਂ ਕੋ ਜੋ ਹੈ ਇਨਸਾਫ ਮਿਲਣਾ ਚਾਹੀਏ ਕਿ 10 ਸਾਲ ਹੋ ਗਏ ਇਨਸਾਫ ਕੇ ਲਈ ਦਰਬਦਰ ਹੋ ਰਹੀ ਹੈ, ਤੋ ਇਨਕੀ ਬੇਟੀ ਕੋ ਹਮ ਸਲਾਮ ਪੇਸ਼ ਕਰਤੇ ਹੈ ਜੋ ਬੇਟੋ ਸੇ ਬੜਕਰ ਜੋ ਹੈ ਆਪਣੀ ਮਾਂ ਕੀ ਖਿਦਮਤ ਕਰੀ ਔਰ ਅੱਲਾਹ ਤਾਲਾ ਇਨਕੀ ਬੇਟੀ ਕੋ ਜੋ ਹੈ ਇਨਕਾ ਅਜਰ ਦੇ। ਇਸ ਕੇ ਸਾਥ ਮੁਝੇ ਇਜਾਜ਼ਤ ਹੈ, ਅੱਲਾਹ ਨਿਕੇ ਬਾਦ।